ढाई किलोमीटर रस्ते से बची नहीं, एक दफा भी नहीं किया कि किधर लग गया। ਪੁੱਛਿਆ ਮੈਂ ਜਿਹੜਾ ਮੈਂ ਕਿਹਾ ਮੈਂ ਕਿਹਾ ਆਪਾਂ ਜਿਹੜਾ ਰਾਹ ਭੁੱਲ ਗਏ ਹਾਂ ਠੀਕ ਹੈ ਅਤੇ ਰਾਹ ਦਾ ਮੈਂ ਕਿਹਾ ਹਨੇਰਾ ਹੈਗਾ ਪਤਾ ਨਹੀਂ ਲੱਗਦਾ ਪਤਾ ਆਪਾਂ ਮੈਂ ਕਿਹਾ ਇੱਧਰੋਂ ਚਲੇ ਜਾਂਦੇ ਛੇਤੀ ਚਲੇ ਜਾਵਾਂਗੇ ਅਤੇ ਉਸ ਜਗ੍ਹਾ 'ਤੇ ਜਿਸ ਵੇਲੇ ਮੈਂ ਕਿਹਾ ਬਾਅਦ ਵਿੱਚ ਜਿੱਥੇ ਕੋਈ ਮਤਲਬ ਰੋਸ਼ਨੀ ਹੈਗੀ ਸੀ ਇਹਨਾਂ ਰਿਸੀਵਰ ਚੱਲਦਾ ਪਿਆ ਸੀ ਉੱਥੇ ਬੈਕਰੀ ਦੇ ਕੋਲ ਕਰਕੇ ਅਗਲੀ ਸਾਈਡ 'ਤੇ ਅਤੇ ਹੁਣ ਮੈਂ ਬਾਬਾ ਦੂਰ ਦਾ ਸਰ ਮੈਂ ਕਿਹਾ ਉਹ ਸਾਹਮਣੇ ਜਿਹੜਾ ਨਾ ਉੱਥੇ ਮਤਲਬ ਹੈਗਾ ਉਹ ਆ ਗਏ ਆਪਾਂ ਕੋਲ ਆ ਗਏ ਹਾਂ ਜਿੱਥੇ ਜਾਣਾ ਹੈ ਉਹ ਜਦੋਂ ਮੈਂ ਜਗ੍ਹਾ ਜਾ ਕੇ ਵੇਖੀ ਉੱਥੇ ਤਾਂ ਬੰਦਾ ਖੜਾ ਹੋਏ ਮੈਂ ਵਾਪਸ ਤਾਂ ਗਿਆ ਤਾਂ ਫਿਰ ਉਹ ਜਦੋਂ ਵਾਪਸੀ ਦਾ ਗਿਆ ਫਿਰ ਨਹੀਂ ਉਹ ਬਸ ਠੀਕ